ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਸਤੀਫੇ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਬ੍ਰਹਮਪੁਰਾ ਦੇ ਅਸਤੀਫੇ ਤੇ ਅੰਤਿਮ ਫੈਸਲਾ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਲਿਆ ਜਾਏਗਾ। ਦੇਖੋ ਗੱਲ ਇਹ ਕਿ ਹਾਲੇ ਤੱਕ ਸਾਡੇ ਕੋਲ ਦਫ਼ਤਰ ਦੇ ਵਿੱਚ ਕੋਈ ਅਸਤੀਫਾ ਨਹੀਂ ਆਇਆ। ਜਦੋਂ ਕੋਈ ਅਸਤੀਫਾ ਆਇਆ ਕੋਰ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਊਗਾ, ਜੋ ਕੋਈ ਫੈਸਲਾ ਕਰਨਾ ਉਹ ਕੋਰ ਕਮੇਟੀ। ਇਸ ਕਰਕੇ ਹਾਲੇ ਤਾਂ ਨਾ ਸਾਡੇ ਕੋਲ ਕੋਈ ਅਸਤੀਫਾ ਆਇਆ, ਇਸ ਕਰਕੇ ਨਾ ਕੋਈ ਉਹਦੇ 'ਤੇ ਕਮੈਂਟ ਕਰ ਸਕਦੇ। ਜਦੋਂ ਆਇਆ ਵੀ ਕੋਰ ਕਮੇਟੀ ਉਹਦੇ 'ਤੇ ਫੈਸਲਾ ਜਿਹੜਾ ਉਹ ਕਰੇ।